ਹਾਂਜੀ ਭਾਅ ਜੀ ਤੁਸੀਂ ਦੱਸੋ ਮੈਨੂੰ ਤਨਖਾਹ ਦੇਣੀ ਜਾਂ ਨਹੀਂ ਦੇਣੀ? ਤੈਨੂੰ ਪਤਾ ਜਿੰਨੀ ਦੇਰ ਤੱਕ ਪਰੇਸ਼ਾਨੀ ਮੁੱਕੇਗੀ ਨਹੀਂ ਤਨਖਾਹ ਨਹੀਂ ਦਿਆਂਗੇ, ਕਰਨਾ ਕੀ ਹੈ? ਇੰਨਾ ਅਰਸਾ ਹੋ ਗਿਆ ਤੁਹਾਡੇ ਕੋਲ ਕੰਮ ਕਰ ਰਹੇ, ਨਾ ਤੁਸੀਂ ਤਨਖਾਹ ਦਿੰਦੇ ਹੋ ਤੇ ਨਾ ਦਿੰਦੇ ਹੋ ਤਨਖਾਹ। ਉਹੀ ਤਨਖਾਹ? ਹਾਂਜੀ ਤੇ ਤਨਖਾਹ ਦੀ ਤਰ੍ਹਾਂ ਜਿਹੜੀ ਹੈ ਨਾ ਭੈਣ, ਪਹਿਲੇ ਪੇਸ਼ ਕਰਿਆ ਕਰ। ਚਲੋ ਮੈਂ ਨਹੀਂ ਕਹਿੰਦਾ ਲੋਕ ਹੀ ਤੁਹਾਨੂੰ ਪੇਸ਼ ਕਰਨੀ ਹੈ ਨਾ, ਫਟਾਫਟ ਕਰ ਦੇਵੇ, ਅਸੀਂ ਆ ਗਏ ਹਾਂ। ਨਾ ਅਸਲਾਮ ਅਲੈਕ ਵਾਲੇਕਮ ਅਸਲਾਮ, ਨਿਕਲੋ ਬਾਹਰ, ਫਤਰਾਨਾ ਦੇ ਦਿੱਤਾ। ਮੈਂ ਫਤਰਾਨੇ ਵਾਸਤੇ, ਮੈਂ ਫਤਰਾਨੇ ਵਾਸਤੇ ਨਹੀਂ ਆਇਆ, ਮੈਂ ਤੁਹਾਡੀ ਭੈਣ ਫਰਜ਼ਾਨਾ ਵਾਸਤੇ ਆਇਆ। ਕਰਾਹ ਦਲੀਲ? ਹਾ 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 ਇਹ ਜਨਾਬ ਮੈਂ ਤੁਹਾਨੂੰ ਪਛਾਣਿਆ ਨਹੀਂ, ਮੈਂ ਤੁਹਾਨੂੰ ਕਿਹਾ ਸੀ ਫੁੱਲਾਂ ਪਾਲ ਲਓ। ਯਾਰ ਜਾ ਤੂੰ ਨਾ ਰਿਪੀਟ ਕਰੀ ਜਾ, ਓਏ ਬੇਇੱਜ਼ਤੀ ਹੋਣ ਦੀ ਨਾ ਕਰ। ਐ ਜਨਾਬ ਮੈਂ ਵੈਸੇ ਮੇਰਾ ਬਚਪਨ ਦਾ ਦੋਸਤ, ਹਾਂ ਹਾਂ ਐਂਦਾ ਤੇ ਮੈਂ ਦੋਸਤ ਰੱਖਿਆ ਹੀ ਕੋਈ ਨਹੀਂ। ਪਰੇਸ਼ਾਨੀ ਕਿਸ ਗੱਲ ਦੀ? ਪਰੇਸ਼ਾਨੀ ਮੈਨੂੰ ਮੇਰੇ ਭਰਾ ਦੀ ਏ। ਕੀ ਹੋਇਆ ਭਰਾ ਨੂੰ? ਉਹ ਯਾਰ ਜ਼ਿਹਨੀ ਮਰੀਜ਼ ਹੋ ਗਿਆ, ਅਖਬਾਰ 'ਚ ਜਿਹੜੀ ਖਬਰ ਪੜ੍ਹਦਾ ਆਪਣੇ ਜ਼ਿਹਨ ਤੇ ਸਵਾਰ ਕਰ ਲੈਂਦਾ ਕਿ ਮੈਂ ਜ਼ੁਲਮ ਨਹੀਂ ਹੋਣ ਦੇਣਾ। ਇਹਦਾ ਮਤਲਬ ਆ ਨਫਸੀਆਤੀ ਮਰੀਜ਼ ਹੋ ਗਿਆ। ਹੋ ਇਹਦੇ 'ਚ ਪਰੇਸ਼ਾਨੀ ਵਾਲੀ ਗੱਲ ਹੀ ਕੋਈ ਨਹੀਂ। ਕੀ ਨੈਰੋ ਦੀ ਪ੍ਰੋਫੈਸਰ ਡਾਕਟਰ ਮੇਰੀ ਵਾਕਫ ਹੈ। ਐ ਨੈਰੋ ਕੀ ਹੁੰਦਾ? ਐ ਦਿਮਾਗ ਜਿਹੜਾ ਤੇਰੇ ਅੰਦਰ ਨਹੀਂ ਹੈਗਾ, ਉਹਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਾ ਦੇਵਾਂਗਾ, ਇਨਸ਼ਾਅੱਲਾ ਤੁਹਾਡਾ ਭਰਾ ਬਿਹਤਰੀਨ ਹੋ ਜਾਏਗਾ। ਯਾਰ ਜੀ ਔਰੇਂਜ ਟ੍ਰੇਨ ਚੱਲ ਪਈ ਹੈ? ਨਹੀਂ ਇੰਜਣ ਕਿੱਥੋਂ ਆਇਆ? ਇਹ ਇੰਜਣ ਤੁਹਾਡੇ ਘਰੋਂ ਆਇਆ ਜੀ। ਅੱਛਾ ਅੱਬਾ ਜੀ ਨੂੰ ਝੂਟੇ ਦਿੰਦੇ ਆਏ? ਹਾਂਜੀ ਇੱਕ ਮਿੰਟ ਨਾ ਕਰੀ, ਮੈਂ ਤੈਨੂੰ ਦੱਸਾਂ। ਹਾਂਜੀ ਗੱਲ ਇਹ ਵੇ ਕਿ ਆਓ ਮੈਂ ਤੁਹਾਡੀ ਮੁਲਾਕਾਤ ਕਰਾ ਦਿਆਂ। ਆਦਮੀ ਆਇਆ, ਹੁਣ ਮੇਰੇ ਭਰਾ ਦਾ ਵਿਆਹ ਹੋਏਗਾ, ਉਹਦਾ ਦਿਮਾਗ ਠੀਕ ਹੋ ਜਾਏਗਾ। ਸਾਹਿਬ ਜੀ ਭਰਾ ਦਾ ਵਿਆਹ ਹੋਏਗਾ ਕਿ ਲਓ ਫਿਰ ਸਾਰਿਆਂ ਨੂੰ ਫੋਨ ਕਰ ਦਿੰਦੇ। ਹੈਲੋ ਮੈਰਿਜ ਹਾਲ 25-26 ਮੈਰਿਜ ਹਾਲ ਬੁੱਕ ਕਰ ਦਿਓ। ਇਹ 25-26 ਕਾਹਦੇ ਲਈ ਜੀ? ਉਹ ਪਾਗਲ ਹੈਗਾ, ਪਤਾ ਨਹੀਂ ਉਹਨੇ ਕਿਹਦੇ 'ਚ ਕਰਾਉਣਾ ਹੈ। ਹੈਲੋ ਖੁਸਰੇ ਹੋ, ਤੁਸੀਂ ਵੀ ਆ ਜਾਓ, ਆਪਣੇ ਗੁਰੂ ਨੂੰ ਨਾਲ ਲੈ ਕੇ ਆ ਜਾਓ, ਮੁਹੱਲੇ ਦੇ ਮਰਾਸੀਆਂ ਨੂੰ ਵੀ ਕਹਿ ਦਈਏ। ਹੈਲੋ ਮਰਾਸੀਓ ਤੁਸੀਂ ਵੀ ਆ ਜਾਓ, ਇੱਥੇ ਸਾਡੇ ਭਰਾ ਆ ਜਾਣਾ, ਸਾਹਿਬ ਜੀ ਦੇ ਭਰਾ ਦਾ ਵਿਆਹ ਹੋ ਰਿਹਾ, ਉਹ ਸਾਹਿਬ ਜੀ ਨੱਚਣ ਵਾਲੀਆਂ ਬੁਲਾਉਣੀਆਂ ਨੇ। ਆਹੋ ਆਹੋ ਤੇ ਦੱਸੋ ਵੀ ਹੀਰਾ ਮੰਡੀ ਤੁਹਾਡੀ ਭੈਣ ਦਾ ਕੀ ਨੰਬਰ ਹੈ? ਓਏ ਆਪਣੇ ਘਰ ਹੀ ਮਿਲਾ ਲਾ, ਤੁਸੀਂ ਭੈਣ ਦਾ ਹੀ ਮੁੰਡਾ। ਅੱਛਾ ਤੁਸੀਂ ਮੇਰੇ ਮਾਮੂ ਹੋ? ਹਾਂ ਤੈਨੂੰ ਦੱਸਿਆ ਨਹੀਂ, ਕੁੜੀ ਵਾਲਿਆਂ ਨੂੰ ਮਿਲਾਈਦਾ ਹੁੰਦਾ ਪਹਿਲੇ ਫੋਨ। ਅੱਛਾ ਕੁੜੀ ਵਾਲਿਆਂ ਦਾ ਕੀ ਨੰਬਰ ਹੈ? ਹਾਂ ਮਿਲਾ ਇੱਕ ਇੱਕ ਤੁਹਾਡੇ ਘਰ ਵੜ ਗਏ ਸਿੱਖ ਸੇ ਰੋ ਕੀ ਲੈਣ ਗਏ ਨੇ, ਅੱਗੇ ਮਿਲਾ ਦੋ ਦੋ ਤੇ ਮੈਂ ਤੇਰਾ ਪਿਓ। ਨਹੀਂ ਨਹੀਂ ਮੇਰੀ ਗੱਲ ਸੁਣ ਲਓ ਸਾਹਿਬ ਜੀ, ਇੰਨਾ ਅਰਸਾ ਹੋ ਗਿਆ ਵਾ ਤੁਸੀਂ ਮੇਰਾ ਕੋਈ ਸੋਚਣ ਹੀ ਨਹੀਂ ਰਹੇ, ਘਰ 'ਚ ਕੋਈ ਨੁਕਰਾਨੀ ਰੱਖ ਲਓ, ਮੇਰਾ ਤਾਂ ਦਿਲ ਲੱਗਾ ਰਵੇ ਨਾ। ਤੈਨੂੰ ਪਤਾ ਇੱਥੇ ਟਿਕਦਾ ਕੌਣ ਹੈ? ਉਹ ਮੇਰੇ ਭਰਾ ਦੇ ਪਾਗਲ ਪੁੜੀਆਂ ਦੀ ਵਜ੍ਹਾ ਕੋਈ ਇੱਥੇ ਕੰਮ ਹੀ ਨਹੀਂ ਕਰਦਾ। ਦੇਖੋ ਮੇਰੀ ਗੱਲ ਸੁਣੋ, ਜਦੋਂ ਤੁਸੀਂ ਉਹਦੀ ਸ਼ਾਦੀ ਕਰ ਦੇਵੇ, ਉਹ ਤੁਹਾਡਾ ਦੋਸਤ ਕਹਿ ਕੇ ਨਹੀਂ ਗਿਆ ਉਹਦੀ ਸ਼ਾਦੀ ਕਰੋਗੇ ਤੇ ਸਾਰੇ ਹਾਲਾਤ ਠੀਕ ਹੋ ਜਾਣਗੇ। ਉਹ ਲੇਕਿਨ ਉਹਦਾ ਦੇਨੀ ਇਲਾਜ ਪਹਿਲੇ ਹੋਵੇ, ਡਾਕਟਰ ਆਏਗੀ ਤੇ ਫੇਰ ਹੀ ਸ਼ਾਦੀ ਹੋਏਗੀ। ਤੇ ਡਾਕਟਰ ਕਿੱਥੋਂ ਆਏਗੀ? ਮੇਰੇ ਖਿਆਲ ਨਾਲ ਮੈਂ ਉਹਨੂੰ ਪੁੱਛ ਲਿਆ ਵਾ ਡਾਕਟਰ ਆਏਗੀ ਕਿੱਥੋਂ। ਵੈਸੇ ਯਾਰ ਗੱਲ ਸੁਣ ਮੇਰੀ, ਬਾਕੀ ਅਗਰ ਇਹ ਕਹਿੰਦੇ ਆ ਤੇ ਫਿਰ ਇਹਦਾ ਮਤਲਬ ਇਲਾਜ ਹੋ ਜਾਏਗਾ ਮੇਰੇ ਭਰਾ ਦਾ। ਹਾਂਜੀ ਹਾਂਜੀ ਤੇ ਉਹਦੀ ਸ਼ਾਦੀ ਲਈ ਮੇਰਾ ਬੰਦੋਬਸਤ ਕਰੀਏ, ਕਰਨਾ ਚਾਹੀਦਾ ਬੰਦੋਬਸਤ। ਹਾਂਜੀ ਹਾਂਜੀ ਫੋਨ ਹੋ ਗਿਆ, ਮੈਂ ਸਾਰਿਆਂ ਫੋਨ ਹੋ ਗਿਆ ਫੋਨ ਤੇ। ਅਸਲਾਮੁ ਅਲੈਕੁਮ ਮੈਦਾਨ, ਅਸਲਾਮੁ ਅਲੈਕੁਮ, ਅਸਲਾਮੁ ਅਲੈਕੁਮ ਮੇਰੇ ਭਾਈ, ਅਸਲਾਮੁ ਅਲੈਕੁਮ, ਅਸਲਾਮੁ ਅਲੈਕੁਮ ਮੇਰੇ ਭਾਈ। ਉਹਨਾਂ ਦੀ ਆਈਟਮ ਆਈ ਹੈ। ਅਸਲਾਮੁ ਅਲੈਕੁਮ ਮੈਡਮ, ਕੀ ਹਾਲ ਹੈ ਤੁਹਾਡਾ? ਸਾਰੀ ਖੈਰ? ਮੇਰੇ ਠੀਕ ਠਾਕ ਹੈ। ਰਹੇ ਰਾਹ ਹੀ ਕਰ ਛੜਈ ਕਦੋਸ ਮੀਆ, ਸਾਨੂੰ ਪਛਾਣ ਨਹੀਂ ਰਿਹਾ ਹੈਗਾ। ਨਹੀਂ ਨਹੀਂ ਪਛਾਣਿਆ ਵਾਕਈ ਨਹੀਂ, ਅਸੀਂ ਇੱਥੋਂ ਲੰਘ ਰਹੇ ਸਾਂ। ਮੈਂ ਕਿਹਾ ਤੈਨੂੰ ਗੁਜ਼ਸ਼ਤਾ ਈਦ ਮੁਬਾਰਕ ਕਹਿ ਦਿਆਂ, ਇਹ ਭਾਈ ਤੈਨੂੰ ਮੇਰੇ ਵੱਲੋਂ ਸਪੈਸ਼ਲ ਈਦ ਮੁਬਾਰਕ ਹੋਵੇ। ਖੈਰ ਮਾਰ ਖੈਰ ਮਾਰ ਤੇ ਭਾਈ ਜਾਨ, ਤੁਹਾਨੂੰ ਹੈਪੀ ਕ੍ਰਿਸਮਸ। ਹਾਂਜੀ ਮੈਂ ਸ਼ਕਲ ਦੇ ਹਿਸਾਬ ਨਾਲ ਵੀ ਮੁਬਾਰਕਬਾਦ ਦੇ ਦਿੰਦਾ ਵਾ। ਮਤਲਬ ਤੁਸੀਂ ਸ਼ੀਸ਼ਾ ਨਹੀਂ ਵੇਖਦੇ? ਸ਼ਾਰ ਕੁਤਬੂ ਦੀਨ ਆਇਆ ਹੈਗਾ ਤੁਹਾਡੇ ਘਰ, ਸ਼ਾਰ ਅਸੀਂ ਸ਼ਾਰ ਹੈਗੇ, ਸਾਨੂੰ ਪਛਾਣ ਦੇ ਰਿਹਾ ਹੈਗਾ। ਇਹ ਨਹੀਂ ਸ਼ਾਇਰ ਨੂੰ ਮੈਂ ਪਛਾਣਿਆ ਨਹੀਂ, ਕਦੀ ਮੁਲਾਕਾਤ ਨਹੀਂ ਨਾ ਹੋਈ। ਸ਼ਾਰ ਕੁਤਬੂ ਦੀਨ, ਸ਼ਮਾਲੀ ਅਮਰੀਕੀ ਅਫਗਾਨੀ ਇਰਾਨੀ, ਕਿੱਥੇ ਤੇਰੀ ਜ਼ਨਾਨੀ? ਆਹ ਮੇਰੀ ਉਹਨੂੰ ਦੱਸ ਕੇ ਸ਼ਾਇਰ ਕੁਤਬੂ ਦੀਨ ਆਇਆ ਹੈਗਾ। ਉਹਨੂੰ ਕੀ ਕਹਿਣਾ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ? ਅਸੀਂ ਉਹਨੂੰ ਬੜੀਆਂ ਗਜ਼ਲਾਂ ਸੁਣਾਈਆਂ ਹੈਗੀਆਂ ਨੇ। ਅੱਛਾ ਜੀ, ਅਸੀਂ ਕੋਈ ਆਮ ਸ਼ਾਇਰ ਨਹੀਂ ਹੈਗੇ, ਸ਼ਾਇਰ ਕੁਤਬੂ ਦੀਨ। ਥੋੜਾ ਜਿਹਾ ਪਰਾਂ ਹੋ ਜਾ ਮੇਰੇ ਭਾਈ, ਤੈਨੂੰ ਤੇਰੀ ਤਪਸ਼ ਦਾ ਨਹੀਂ ਅੰਦਾਜ਼ਾ, ਉਹਦੇ ਪਰਾਂ ਹੋ ਜਾ। ਸ਼ਾਇਰ ਕੁਤਬੂ ਦੀਨ ਆਇਆ ਹੈਗਾ ਤੇਰੇ ਕੋਲ। ਸ਼ਾਇਰ ਜੀ, ਅਗਰ ਤੁਸੀਂ ਵਾਕਈ ਕੋਈ ਸ਼ਾਇਰ ਹੋ ਤੇ ਕੋਈ ਸ਼ੇਰ ਸੁਣਾਓ। ਬਿਲਕੁਲ ਸੁਣਾਵਾਂਗੇ ਭਾਈ ਜਾਨ, ਪਰਾਂ ਹੋ ਜਾ। ਮੈਨੂੰ ਇਹ ਹੀ ਲੱਗਣ ਡਿਆ ਮੇਰੇ ਲਾਗੇ ਕੋਈ ਸਦਕੇ ਦੀ ਸਿਰੀ ਸੁੱਟ ਗਿਆ। ਥੋੜਾ ਜਿਹਾ ਪਰਾਂ ਹੋ ਜਾ। ਤੁਸੀਂ ਕਿਹਾ ਤਾਂ ਤੁਹਾਨੂੰ ਸ਼ੇਰ ਦਾ ਇੱਕ ਮਿਸਰਾ ਸੁਣਾ ਦਿੰਦੇ ਹਾਂ। ਜੀ ਜੀ, ਤੁਹਾਡੀ ਨਜ਼ਰ ਇੱਕ ਮਿਸਰਾ ਪੇਸ਼ ਕੀਤਾ ਜੀ ਜੀ ਕਿ ਆ ਹਾ ਹਾ
ਨਹੀਂ ਨਹੀਂ ਸ਼ੇਰ ਸੁਣਾਓ। ਭਜਨ ਸੁਣਾ ਦਿੱਤਾ ਕਿਹੜਾ? ਲੱਗਦਾ ਤੁਹਾਨੂੰ ਸਮਝ ਨਹੀਂ ਆਈ, ਦੁਬਾਰਾ ਸੁਣਾ ਦਿੰਦੇ ਹਾਂ ਕਿ ਸ਼ੇਰ ਅਰਜ਼ ਕੀਤਾ ਕਿ ਆ ਹਾ ਹਾ ਕੈਸਾ ਕੈਸਾ, ਮੈਨੂੰ ਪਤਾ ਤੈਨੂੰ ਲੜ ਗਿਆ, ਮੈਨੂੰ ਪਤਾ। ਉਹ ਕੀ ਲੜ ਗਿਆ ਭਾਈ? ਕੀ ਹੋਇਆ ਭਾਈ? ਸੁਣਾ ਦਿੱਤਾ ਓ ਯਾਰ, ਸ਼ੇਰ ਸੁਣਾ ਭਾਈ। ਆ ਹਾ ਹਾ ਕਿਹੜਾ ਸ਼ੇਰ ਹੀ? ਤੁਹਾਨੂੰ ਸਮਝ ਨਹੀਂ ਆਏ? ਉਹ ਮੈਨੂੰ ਨਹੀਂ ਸਮਝ ਆਈ ਭਾਈ, ਸ਼ੇਰ ਸੁਣਾ। ਤਾਂ ਦੁਬਾਰਾ ਸੁਣ ਲਓ, ਸ਼ੇਰ ਅਰਜ਼ ਕੀਤਾ ਕਿ ਆ ਹਾ ਹਾ ਕੈਸਾ ਕੈਸਾ। ਓ ਭਾਈ ਓ ਹਾਂਜੀ, ਮੇਰੇ ਨਾਲ ਬਹੁਤ ਹੋ ਗਈ। ਇਹ ਜਿਹੜਾ ਆ ਹਾ ਹੈ ਨਾ, ਇਹ ਸ਼ੇਰ ਦੇ ਐਂਡ ਤੇ ਕਹੀਦਾ ਜੇ ਸ਼ੇਰ ਚੰਗਾ ਲੱਗੇ ਫੇਰ। ਅੱਛਾ ਅੱਛਾ, ਤੁਹਾਨੂੰ ਸਮਝ ਨਹੀਂ ਆ ਰਿਹਾ? ਨਹੀਂ, ਸਾਨੂੰ ਸ਼ੇਰ ਸੁਣਾਓ, ਇੰਝ ਨਹੀਂ ਹੁੰਦੀ ਸਰ। ਮੈਂ ਦੁਬਾਰਾ ਸ਼ੇਰ ਅਰਜ਼ ਕੀਤਾ ਕਿ ਚਾਚੇ ਨੀਫੇ ਦਾ ਮੁੰਡਾ ਕੁੜੀ ਲਿਆਇਆ ਵਿਆਹ। ਓਏ ਹੋਏ, ਇਹ ਸ਼ੇਰ ਚਾਚੇ ਚੀਤੇ ਦਾ ਮੁੰਡਾ ਕੁੜੀ ਲਿਆਇਆ ਵਿਆਹ ਤੇ ਆ ਹਾ ਹਾ ਅਲਾਵਰ ਜੇ ਅਲਾਵਰ। ਮੈਨੂੰ ਪਤਾ ਤੁਹਾਨੂੰ ਲੜ ਗਿਆ, ਮੈਨੂੰ ਪਤਾ। ਹੁਣ ਅਸੀਂ ਤੇਰੇ ਨਾਲ ਲੜ ਪੈਣਾ ਹੀ? ਓਏ ਆ ਕਿਹੜਾ ਸ਼ੇਰ? ਚਾਚੇ ਚੀਤੇ ਦਾ ਮੁੰਡਾ ਕੁੜੀ ਲਿਆਇਆ ਵਿਆਹ। ਜੇ ਤੂੰ ਦਿਹਾੜੀ ਲਾਉਣਾ ਚਾਹੁੰਦਾ ਫਿਰ ਕੋਈ ਬੱਚੀ ਇੱਥੇ ਨਚਾ ਫਿਰ ਆ ਹਾ ਹਾ ਅਦਾ। ਜਿਹੜੇ ਮਰਦੀ ਸਾਬਣ ਨਾਲ ਨਹਾ ਫਿਰ ਨੌਕਰ ਗੁੱਸਾ ਕਰ ਗਿਆ ਤੁਹਾਡੇ ਬੋਲਣ ਤੋਂ। ਅੱਛਾ, ਤੁਸੀਂ ਖਾਣਾ ਪੀਣਾ ਕੁਛ ਲਾਇਆ? ਔਰਤਾਂ ਚ ਕੀ ਹੈ? ਅੱਜ ਮਾਵਾਂ ਭੈਣਾਂ ਪੱਕੀਆਂ। ਨਹੀਂ, ਰਹਿਣ ਦਿਓ, ਮੇਰਾ ਰੋਜ਼ਾ। ਮੈਂ ਲੈ ਕੇ ਨਾ ਤੇਰੇ ਲਈ ਖਾਣ ਲਈ ਕੁਛ। ਇਹ ਜਨਾਬ ਕਿੰਨਾ ਅਰਸਾ ਹੋ ਗਿਆ ਜਨਾਬ ਨੂੰ ਸ਼ਾਇਰੀ ਕਰਦੇ ਆ? ਮੈਂ ਕੋਈ ਅਰਸਾ 20 ਸਾਲ ਤੋਂ ਸ਼ੇਰ ਉਹ ਸ਼ਾਇਰੀ ਨਾਲ ਲੈ ਕੇ ਡਾ। ਅੱਛਾ ਅੱਛਾ, ਬੜੀ ਬੜੀ ਕਿਤਾਬ ਲਿਖੀ ਹੈ ਮੈਂ। ਤੇ ਕਿਸੇ ਮੁਸ਼ਾਇਰੇ ਤੇ ਵੀ ਜਾਂਦੇ ਹੋ? ਹਾਂਜੀ ਹਾਂਜੀ, ਮੈਨੂੰ ਭਾਵੇਂ ਆਪਣੇ ਹੱਲ ਲੈ ਜਾਓ, ਆਹੀ ਤਾਂ ਫਰੀ ਹੈਗੇ ਆ। ਅੱਛਾ ਹਾਂ, ਤੇ ਜਨਾਬ ਕੋਈ ਅੱਛਾ ਜਿਹਾ ਸ਼ੇਰ ਸੁਣਾਓ, ਦਿਮਾਗ ਸੁੰਨ ਹੋਇਆ ਹੋਇਆ ਜਰਾ। ਤੂੰ ਤਾਂ ਰਾਜਾ, ਤੈਨੂੰ ਸ਼ੇਰ ਸੁਣਾਓ। ਹਾਂਜੀ, ਪਰਾਂ ਹੋ ਜਾ, ਤੇਰੇ ਮਾਲਕ ਨੇ ਕੁਛ ਨਹੀਂ ਦਿੱਤਾ ਤੇ ਤੂੰ ਕੀ ਦੇਣਾ ਸਾਨੂੰ? ਉਹ ਸਰ, ਮੈਂ ਤੁਹਾਨੂੰ ਦਾਤ ਦੇਵਾਂਗਾ। ਫੜੀ ਜਾਂਦਾ ਇੱਕ ਵਾਰੀ ਉਹਦੇ ਨਾਲ ਜੱਫੀ ਤੇ ਪਵਾ ਫਿਰ ਆ। ਫਿਰ ਤੇਰਾ ਮਤਲਬ ਤਿੰਨ ਚਾਰ ਦਿਨ ਅਸੀਂ ਇੱਥੇ ਹੀ ਹਾਂ? ਹਾਂਜੀ, ਤੁਸੀਂ ਇੱਥੇ ਹੀ ਹੋ? ਹਾਂਜੀ, ਬਿਸਮਿਲ੍ਲਾ, ਅਸੀਂ ਸ਼ਾਇਰ ਹੈਗੇ ਆ ਜੀ। ਸ਼ਾਇਰਾਂ ਤੋਂ ਕੋਈ ਸ਼ੇਰ ਸੁਣਾਏ ਨਾ। ਤੁਹਾਡੀ ਹੋਵੇ ਛੈਣੀ ਤੇ ਮੇਰਾ ਹੋਵੇ ਹਥੌੜਾ। ਹਥੌੜਾ ਵੱਡਾ ਛੈਣੀ ਹੈਗੀ ਤੇ ਹਥੌੜਾ ਵੀ ਹੋਵੇਗਾ। ਇਧਰ ਆਏ ਜੀ, ਬੈਠੇ ਆ। ਸ਼ਾਇਰ ਕੁਤਬੂਦੀਨ ਹੈਗੇ ਆ ਜੀ ਅਸੀਂ ਜੀ। ਸ਼ਾਇਰ ਜੀ, ਹਾਂਜੀ, ਹੁਕਮ ਕਰੋ ਜੀ, ਹੁਕਮ ਕਰੋ। ਕੋਈ ਸ਼ੇਰ ਸੁਣਾਏ ਨਾ ਮੇਰੇ। ਜਿੰਨੇ ਕਹੋਗੇ ਸ਼ੇਰ ਸੁਣਾ। ਇਹ ਕੀ ਕਰ ਰਹੇ ਆ? ਤੁਹਾਨੂੰ ਗੁੱਸਾ ਲੱਗਾ? ਹਾਂ, ਲੋ ਤੁਸੀਂ ਵੀ ਕਰ ਲਓ, ਹਲੋ ਜਿਵੇਂ ਮਰਜ਼ੀ ਕਰੋ, ਮੈਂ ਨਹੀਂ ਰੋਕਦਾ ਹੁੰਦਾ। ਉਠੋ ਤੁਮ ਯਹਾਂ ਸੇ। ਬੈਠਾ ਰਹਿਣ ਦਿਓ, ਮੈਂ ਅਗਲੇ ਸਟਾਪ ਤੇ ਉਤਰ ਜਾਣਾ ਹੈ। ਤਾਂ ਲੇਡੀ ਸੀਟ ਤੇ ਬਹਿ ਗਿਆ, ਅੱਗੇ ਟਾਪੇ ਤੇ ਆ, ਇੱਧਰ ਸਾਈਡ ਤੇ ਆ। ਇਹ ਗੱਡੀ ਚੱਲ ਹੀ ਨਹੀਂ ਸਕਦੀ। ਕਿਉਂ ਬਾਈ? ਗੱਡੀ ਅੱਗੇ ਕੁੱਤਾ ਆ ਗਿਆ। ਅਸੀਂ ਸ਼ਾਇਰ ਹੈਗੇ ਆ, ਕੋਈ ਤੁਹਾਡੀ ਤੁਹਾਨੂੰ ਕੋਈ ਸ਼ੇਰ ਆਂਦਾ? ਹਾਂਜੀ, ਤੇ ਸੁਣਾਓ ਜਰਾ ਕੋਈ। ਐ ਦੋਸਤ ਫਰਾਮੋਸ਼ ਤੇਰਾ ਹੋਸ਼ ਕਹਾਂ? ਐ ਦੋਸਤ ਫਰਾਮੋਸ਼ ਤੇਰਾ ਹੋਸ਼ ਕਹਾਂ? ਹੱਡੀਆਂ ਤੋਂ ਬਾਕੀ ਹੈ ਤੇਰਾ ਗੋਸ਼ਤ ਕਹਾਂ? ਗੁਲਾਬ ਤੋਂ ਖਿਲਤਾ ਹੈ ਕਲੀ ਵੀ ਖਿਲੇਗੀ, ਤੈਨੂੰ ਤੇਰਾ ਮੁਕਦਰਾ ਦੀ ਮੋਟੀ ਮਿਲੇਗੀ। ਸ਼ੁਕਰ ਹੈ, ਸ਼ੁਕਰ ਹੈ।
मिसरा बनाता तू के चाचा एक बारी वोटी एनू भी वहा फिर आसरा बन गया मिसरा बन गया अरे मेरी साली आई है असि सुतेले है तेरे नाल ही पाई पाओ मैं तेन भैन समझ के पाई है मेरी भी भैन समझ के ही पवा दो आखरी नसल का ठरकी है मैं गुस्सा करी जाना तेरी शकल तो लगता है तेरा गैरत ना ताल्लुक ही कोई नहीं तेरी साली ने अंग अंग लिया हला अंदर अंदर चलिए चलो अंदर अंदर ही नहीं अंदर जाके तू किधर चेतर हो उधर ही मैं तेन की है ਹੋਇਆ 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 ਕੀ ਹੋਇਆ ਕੀ ਆ ਲਓ ਜੀ